ਚੱਕਾ ਨਾ ਲੋ ਵੀ ਮਤਲਬ ਸਾਡਾ ਹੈ ਸਾਰਾ ਇਹ ਕਹਿੰਦੇ ਨੇ ਨਹੀਂ ਮਤਲਬ ਇਹ ਧਮਕੀ ਦਿੱਤੀ ਉਹਨਾਂ ਨੇ ਕਿ ਅਸੀਂ ਅੰਦਰ ਕੈਮਰੇ ਨਹੀਂ ਜਾਣ ਦੇਵਾਂਗੇ ਮਤਲਬ ਵੀ ਅਸੀਂ ਕਬਜ਼ਾ ਕਰ ਰੱਖਿਆ ਇੱਥੇ ਮੈਂ ਤਾਂ ਇਹ ਤਾਂ ਕਹਿੰਦਾ ਮਸੰਦਾਂ ਤੋਂ ਪਹਿਲਾਂ ਗੁਰਦੁਆਰਾ ਛਡਾਇਆ ਸੀ ਹੁਣ ਗੁਰਬਾਣੀ ਛਡਾਉਣੀ ਪੈਣੀ ਹੈ ਜਿਹੜਾ ਜੁਡੀਸ਼ਲ ਕਮਿਸ਼ਨ ਹੈ ਨਾ ਗੁਰਦੁਆਰਾ ਸਾਹਿਬ ਉਹ ਲਾਗੂ ਕਰਾਊਗਾ ਇਹ ਸਰਕਾਰ ਨੂੰ ਪਤਾ ਹੈ ਕਿ ਕਿਵੇਂ ਲਾਗੂ ਕਰਾਉਣਾ ਇਹ ਤਾਂ ਕਹਿਣਗੇ ਅਸੀਂ ਅੰਦਰ ਨਹੀਂ ਜਾਣ ਦਿੰਦੇ ਉਹ ਤਾਂ ਟਰੰਪ ਵੀ ਕਹਿੰਦਾ ਸੀ ਮੈਂ ਕੁਰਸੀ ਤੋਂ ਲੈਂਦਾ ਨਹੀਂ ਮੈਂ ਹਾਰਿਆ ਨਹੀਂ ਇਹ ਤਾਂ ਜਦੋਂ ਫੈਸਲੇ ਹੋ ਜਾਂਦੇ ਉਦੋਂ ਬਾਅਦ ਤਾਂ ਲਾਗੂ ਕਰਨੇ ਪੈਣਗੇ ਇਹਨਾਂ ਨੂੰ ਮੈਨੂੰ ਇੱਕ ਹੋਰ ਸਮਝ ਨਹੀਂ ਆਉਂਦੀ 2012 ਤੋਂ ਬਾਅਦ ਇਲੈਕਸ਼ਨ ਨਹੀਂ ਹੋਈ ਸ਼੍ਰੋਮਣੀ ਕਮੇਟੀ ਦੀ ਸੰਵਿਧਾਨ ਤੱਕ 5 ਸਾਲਾਂ ਜੇ ਇਲੈਕਸ਼ਨ ਹੋ ਨਾ ਹੋਏ 5 ਸਾਲਾਂ 'ਚ ਤਾਂ ਉਹ ਬੋਡੀ ਜਿਹੜੀ ਹੈ ਗੈਰ ਲੋਕਤੰਤਰਿਕ ਬਣ ਜਾਂਦੀ ਹੈ ਹੁਣ ਇਹ ਕਾਰਜਕਾਰੀ ਸ਼੍ਰੋਮਣੀ ਕਮੇਟੀ ਹੈ ਕੱਲ੍ਹ ਪਰਸੋਂ ਦੇਖੋ ਕਾਰਜਕਾਰੀ ਜਥੇਦਾਰ ਸਾਹਿਬ ਨੂੰ ਇਹ ਕਹਿ ਕੇ ਉਤਾਰ ਦਿੱਤਾ ਗਿਆ ਕਿ ਕਾਰਜਕਾਰੀ ਚੱਲ ਰਿਹਾ ਸੀ ਇਹਦਾ ਅਤੇ ਲਾਇਆ ਕਿਹਨੇ ਕਾਰਜਕਾਰੀ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਨੇ ਆਪ ਤਾਂ ਪੱਕੇ ਹੈ ਨਹੀਂ ਉੱਥੇ ਲੋਕਾਂ ਨੂੰ ਕਹੀ ਜਾਂਦੇ ਤੂੰ ਲੈ ਜਾ ਤੂੰ ਕਾਰਜਕਾਰੀ ਇੱਥੇ ਤੁਸੀਂ ਵੀ ਤਾਂ ਕਾਰਜਕਾਰੀ ਹੋ ਜੀ ਇਲੈਕਸ਼ਨਾਂ ਤਾਂ ਹੋਈਆਂ ਹੀ ਨਹੀਂ 11 ਸਾਲ ਤੋਂ ਨਹੀਂ ਦੇਖੋ ਇਹ ਜਿਹੜਾ ਅਧਿਕਾਰ ਹੈ ਉਹਦੇ ਬਾਰੇ ਵੀ ਅਸੀਂ ਕਾਨੂੰਨੀ ਰਾਏ ਲੈ ਰਹੇ ਹਾਂ ਜਿਹੜਾ ਗੁਰਦੁਆਰਾ ਕਮਿਸ਼ਨ ਹੈ ਵੋਟਾਂ ਬਣਾਉਣ ਵਾਸਤੇ ਮਤਲਬ ਉਹਦੇ ਅਧਿਕਾਰ ਨੇ ਕਿ ਵੋਟਾਂ ਬਣਾਵੇ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਸਾਰੋਂ ਸਾਹਿਬ ਨੂੰ ਲਾਇਆ ਸੀਗਾ ਅਤੇ ਉਹਨੂੰ ਉਹ ਅੱਜ ਤੱਕ ਸਟਾਫ ਨੂੰ ਤਰਸ ਰਹੇ ਨੇ ਕਿ ਸਟਾਫ ਹੀ ਦੇ ਦਿਓ ਸਾਨੂੰ ਜੇ ਸਟਾਫ ਅਸੀਂ ਦਿੰਦੇ ਹਾਂ ਤਾਂ ਕਹਿਣਗੇ ਧਰਮ 'ਚ ਦਖਲ ਦਿੰਦੇ ਨੇ ਆਪ ਦੇਣਾ ਨਹੀਂ ਕੁਛ ਸੋ ਇਹ ਇਹਨਾਂ ਨੇ ਬੜੇ ਨੈਕਸਸ ਬਣਾਇਆ ਹੋਇਆ ਸੀ ਬੜੇ ਖਤਰਨਾਕ ਤਰੀਕੇ ਨਾਲ ਇਹਨਾਂ ਨੇ ਉਹ ਜਿਹੜਾ ਕਬਜ਼ਾ ਕੀਤਾ ਹੋਇਆ ਸੀ ਇਸੇ ਕਰਕੇ ਜਦੋਂ ਕੋਈ ਹੋਰ ਬਣਾਉਂਦਾ ਕੋਈ ਕਮੇਟੀ ਉਹਦੀ ਪੈ ਜਾਂਦੇ ਨੇ ਨਾ 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 ਕਿਉਂਕਿ ਪੈਸਾ ਜੁੜਿਆ ਹੋਇਆ ਮਾਇਆ ਜੁੜੀ ਹੋਈ ਹੈ ਨਾਲ ਸੋ ਇਸ ਕਰਕੇ ਇਹ ਇਹਨਾਂ ਦੇ ਆਕਾ ਇਹ ਕਰਾਉਂਦੇ ਨੇ ਨਹੀਂ ਇਹਨਾਂ ਦੇ ਕੀ ਮਜ਼ਾ ਲੈ ਕੇ ਕਹਿ ਦੇਣ ਕਿ ਅਸੀਂ ਚੈਨਲ ਨੂੰ ਜਿਹੜੇ ਨੂੰ ਕਿਸੇ ਹੋਰ ਨੂੰ ਅੱਛਾ ਮੈਨੂੰ ਇਹ ਦੱਸੋ ਤੁਸੀਂ ਸਾਰੇ ਚੈਨਲ ਵਾਲੇ ਬੈਠੇ ਹੋ ਮੈਂ ਕਿਸੇ ਚੈਨਲ ਨੂੰ ਰੋਕ ਰਿਹਾ ਜਾਂ ਕਿਸੇ ਖਾਸ ਨੂੰ ਇਹ ਦਵਾ ਰਿਹਾ ਰਾਈਟਸ ਉਹ ਰੋਂਦੇ ਨੇ ਕਿ ਉਹ ਉਸ ਚੈਨਲ ਤੋਂ ਕਿਉਂ ਖੋ ਰਹੇ ਹੋ ਜਿਹੜਾ ਸਾਡੇ ਮਾਲਕਾਂ ਦਾ ਹੈ ਜਦਕਿ ਮੈਂ ਉਸ ਚੈਨਲ ਨੂੰ ਵੀ ਨਹੀਂ ਰੋਕ ਰਿਹਾ ਉਹ ਵੀ ਪ੍ਰਸਾਰਣ ਕਰੇ ਲਾਈਵ ਸਿੱਧਾ ਪ੍ਰਸਾਰਣ ਜਿਹੜੇ ਟਾਈਮ 'ਤੇ ਪਹਿਲਾਂ ਕਰਦੇ ਨੇ ਉਸ ਟਾਈਮ 'ਤੇ ਪਹਿਲਾਂ ਬਾਅਦ 'ਚ ਕਰਦੇ ਰਹਿਣ TRP ਉਹਨਾਂ ਦੀ ਸੇਮ ਰਹੂਗੀ ਉਹਨਾਂ ਨੂੰ ਕੀ ਪ੍ਰੋਬਲਮ ਹੈ ਪਰ ਬਾਕੀ ਤਾਂ ਆ ਜੇ ਨਾ ਉਹੀ ਦੁੱਖ ਇਹ ਹੈ ਕਿ ਸਾਡੇ ਕੋਲ ਹੀ ਇਕੱਲਿਆਂ ਕੋਲ ਰਹੇ ਐਕਸਕਲੂਸਿਵ ਰਾਈਟਸ ਬੋਲਦੇ ਨੇ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਕਹਿੰਦੇ ਨੇ ਮੈਂ ਤਾਂ ਦਾਨ ਕਰਾਂਗੇ ਜੀ ਅੱਗੇ ਇਹਦਾ ਸਾਰਾ ਪ੍ਰਬੰਧ ਕਰਨਾ ਇਸ ਐਕਟ ਦੇ ਵਿੱਚ ਵੀ ਲਿਖਿਆ ਕਿ ਇਹ ਸਾਰਾ ਪ੍ਰਬੰਧ ਕਰਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੈ ਲਾਗੂ ਕਰਾਉਣਾ ਅਸੀਂ ਤਾਂ ਦਾਨ ਕਰ ਸਕਦੇ ਹਾਂ ਜੇ ਕੋਈ ਸਾਨੂੰ ਕਹਿੰਦੇ ਨੇ ਕਿ ਸਾਨੂੰ ਕੈਮਰੇ ਚਾਹੀਦੇ ਨੇ ਫਾਈਬਰ ਲੇਟੈਸਟ ਆ ਗਈਆਂ ਹੁਣ ਤਾਂ ਬਹੁਤ ਪੁਰਾਣੀਆਂ ਪਈਆਂ ਹੋਣੀਆਂ ਉਹਨਾਂ ਨੇ ਕਿਹੜਾ ਨਵੀਆਂ ਪਾਈਆਂ ਹੋਣੀਆਂ ਸੋ ਲੇਟੈਸਟ ਕੈਮਰੇ ਆ ਗਏ ਲੇਟੈਸਟ ਫਾਈਬਰ ਜਿਹੜੀਆਂ ਲੇਟੈਸਟ ਕੇਬਲ ਤਾਰਾਂ ਆ ਗਈਆਂ ਸੋ ਅਸੀਂ ਕੌਣ ਹੁੰਦੇ ਉੱਥੇ ਮਤਲਬ ਕੈਮਰੇ ਭੇਜਣ ਵਾਲੇ ਅਸੀਂ ਤਾਂ ਦਾਨ ਕਰ ਸਕਦੇ ਹਾਂ ਅਤੇ ਗੱਲ ਕਰ ਲਾਂਗੇ ਉਹਨਾਂ ਨਾਲ ਵੀ ਭਾਈ ਬਾਕੀ ਲੋਕਾਂ 'ਤੇ ਛੱਡ ਦਾਂਗੇ ਭਾਈ ਕਿਵੇਂ ਹੋਣਾ ਚਾਹੀਦਾ ਦੱਸ ਦਿਓ ਕਿ ਕਿਉਂ ਨਹੀਂ ਇਹ ਫਿਰ ਉਸ ਪਵਿੱਤਰ ਦਰਬਾਰ 'ਚੋਂ ਬਾਣੀ ਨੂੰ ਬਾਹਰ ਆਉਣ ਦਿੰਦੇ ਲੋਕਾਂ ਲਈ ਫਰੀ ਟੂ ਏਅਰ ਇਹਦਾ ਮਤਲਬ ਉਹ 'ਤੇ ਕਬਜ਼ਾ ਕੀਤਾ ਹੋਇਆ ਰੂਲ ਤਾਂ ਦੇਖੋ ਨਾ ਜੀ ਕਿ ਬੋਰਡ ਹੈਵ ਟੂ ਮੇਕ ਸ਼ੋਰ ਬੋਰਡ ਮੀਨਸ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਉਹ ਪ੍ਰੋਵਾਈਡ ਕਰਾਉਣਾ ਸਾਡੇ ਰੂਲ ਮੁਤਾਬਕ ਅਤੇ ਇਸ ਰੂਲ ਮੁਤਾਬਕ ਤਾਂ ਚੱਲਣਗੇ ਹੁਣ ਕਿੱਥੇ ਜਾਣਗੇ ਫਿਰ NGO ਕੋਲ ਜਾਂ ਕੋਈ ਕਿਸੇ ਮਤਲਬ UNO ਕੋਲ ਚੱਲ ਜਾਣਗੇ ਹਟਦੇ ਹੀ ਨਹੀਂ ਛੱਡਦੇ ਹੀ ਨਹੀਂ ਵੀ ਕਿਸੇ ਹੋਰ ਨੂੰ ਟੈਲੀਕਾਸਟ ਕਰ ਲੈਣੇ ਤਾਂ ਗੁਰਬਾਣੀ ਦਾ ਪ੍ਰਸਾਰ ਵਧੂ ਬਈ ਉਹਦੇ ਨਾਲ ਘਟਣ ਤਾਂ ਨਹੀਂ ਲੱਗਿਆ ਇਸ ਐਕਟ ਨਾਲ ਕਿ ਇਹ ਤਾਂ ਜੀ ਪਤਾ ਨਹੀਂ ਇਹ ਤਾਂ ਹਰੇਕ ਚੈਨਲ 'ਤੇ ਜਿੱਥੇ ਤੁਸੀਂ ਲਾਇਆ ਕਰੋਗੇ ਚੈਨਲ 'ਤੇ ਗੁਰਬਾਣੀ ਚੱਲ ਰਿਹਾ ਕਰੂ ਹੁਕਮਨਾਮਾ ਚੱਲ ਰਿਹਾ ਕਰੂ ਅਰਦਾਸ ਚੱਲ ਰਿਹਾ ਕਰੂ ਹਰੇਕ ਬੰਦਾ ਸੁਣ ਸਕਦਾ ਇਹ ਕਿਉਂ ਇੱਕੋ ਚੈਨਲ ਦੇ ਮਗਰ ਪਏ ਹੋਏ ਨੇ ਉਹ ਚੈਨਲ ਪੰਥ ਨਹੀਂ ਹੈਗਾ ਇਦੂ ਵੱਧ ਫਿਰ ਮਾੜੀ ਗੱਲ ਹੋਊਗੀ SBC ਲਈ ਉਹ ਕਾਹਦੇ ਵਾਸਤੇ ਬਣੇ ਨੇ ਪ੍ਰਸਾਰ ਵਧਾਉਣ ਵਾਸਤੇ ਨੋਟ ਬੰਦ ਕਰਨ ਵਾਸਤੇ ਜੇ ਉਹ ਇੱਕ ਪਰਿਵਾਰ ਵਾਸਤੇ ਐਡਾ ਵੱਡਾ ਸਟੈਪ ਲੈਣਗੇ ਲੋਕ ਦੱਸਣਗੇ ਫਿਰ ਮੈਡੀਕਲ ਕਾਲਜ ਦੇ ਵਿੱਚ ਕਿਉਂਕਿ ਫੀਸਾਂ ਬਹੁਤ ਜ਼ਿਆਦਾ ਨੇ ਆਮ ਜਿਹੜੀਆਂ ਹੈਗੀਆਂ NGO
देखो एस जी पी सी का काम है सिक्ख्या प्रसार, सिक्खी का प्रचार। तो जिस तरह तुम कह जो मेडिकल कॉलेज उन्होंने श्री गुरु रामदास मेडिकल कॉलेज सब तो वह फीसा नहीं है, मतलब की मतलब उत्थे वो फिर उन्होंने कमर्शियल बना लिया। ये बादल साहब वेले उदो करवाते रहे धर्म के नाँ पर कंट्रोल रेटा पर, बाद च बना लिया कमर्शियल उन्होंने। तो कोई गल नहीं, जो भी जिमें हुण असीं तां जांच करावांगे जंगे आजादी नाँ की यादगार जिहड़ी बनाई उस किहदे किहने पैसे खाधे, वह चाहे रोस प्रदर्शन कर लैन, चाहे सारयां नूं मेरे विरुद्ध इकट्ठे कर लैन, ठीक है ना। तो मैं जांच तो जिन्हें भी एक रुपया भी पंजाब के पैसे का खाधा सारा टब्बरी उहदे विच पा लिया कमेटी च, सारी जिंदगी वास्ते आप चेयरमैन बन गए उहदे, सारी जिंदगी वास्ते। किसी की रिटायरमेंट तो होंदी है ना सेंटर दी, उहदी ईवन प्राइवेट सैक्टर च भी रिटायरमेंट की कोई उम्र है, इधर है ही नहीं सी चेयरमैन जी जंगे आजादी दे, असीं रहांगे जिन्ना चिर जिंदगी रहूगी। सो मैं तो यही कहूँगा कि जितने मर्जी इकट्ठे कर लो पैसे हीरे मोती, मगर ख्याल इतना रहे कफन पे जेब नहीं होती। सो कादे वास्ते पैसे खा के तुसीं कल नूं जदों विधानसभा चलूगी उहदे च बी ए सी जिहड़ी होगी, पहलां बिजनेस एडवाइजरी कमेटी उहदे विच सारा कुछ डिसाइड।